ਅੱਜ ਦੇ ਸੈਗਮੈਂਟ ਵਿੱਚ ਮੇਰਾ ਸਾਥ ਦੇਣਗੇ ਕਮਲਜੀਤ ਲਹਿਲ, ਜਿਹੜੇ ਕਿ ਪ੍ਰਿਆ ਲਹਿਲ ਦੇ ਮਦਰ ਨੇ, ਅਤੇ ਇਹ ਪ੍ਰਿਆ ਵੱਲੋਂ ਇੱਕ ਐਪ ਬਣਾਈ ਗਈ ਹੈ ਜਿਸ ਦਾ ਨਾਂ ਹੈ ਮਿਸ ਮੈਪ। ਇਸ ਦੇ ਵਿੱਚ ਇੱਕ ਪਲੈਟਫਾਰਮ ਹੈ ਜਿੱਥੇ ਕਿ ਔਰਤਾਂ, ਲੇਡੀਜ਼ ਜਿਹੜੀਆਂ ਹੈਗੀਆਂ ਨੇ, ਆਪਣੇ ਵਿਊਜ਼ ਦੇ ਸਕਦੀਆਂ ਨੇ ਕਿ ਕੀ ਉਸਦੀ ਥਾਂ ਜਿੱਥੇ ਉਹ ਜਾ ਰਹੇ ਨੇ ਉਹ ਸੇਫ ਹੈ ਜਾਂ ਨਹੀਂ ਹੈ। ਇਸ ਸੰਬੰਧ ਵਿੱਚ ਆਓ ਵਿਸਥਾਰ ਵਿੱਚ ਜਾਣਕਾਰੀ ਲੈਂਦੇ ਹਾਂ ਕਮਲਜੀਤ ਲਹਿਲ ਤੋਂ। ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਫੋਰ ਹੈਵਿੰਗ ਮੀ ਇਨ ਪਲੇਸ ਆਫ ਮਾਈ ਡਾਟਰ ਹੇਅਰ ਟੂਡੇ। ਵੈਲਕਮ। ਵੇਅਰ ਇਜ਼ ਯਰ ਡਾਟਰ ਥੀਸ ਡੇਜ਼? ਸ਼ੀ ਇਜ਼ ਇਨ ਲੰਡਨ, ਇੰਗਲੈਂਡ, ਇਨ ਯੂਨੀਵਰਸਿਟੀ, ਸੋ ਸ਼ੀ ਵਾਜ਼ਨਟ ਏਬਲ ਟੂ ਮੇਕ ਇਟ, ਯੂ ਹੈਡ ਰਿਕੁਐਸਟਡ। ਓਕੇ ਜੀ। ਸੋ ਕਿਵੇਂ ਆਈਡੀਆ ਆਇਆ ਪ੍ਰਿਆ ਨੂੰ ਕਿ ਇੱਕ ਐਪ ਬਣਾਈ ਜਾਏ, ਕਿ ਕੀ ਜ਼ਰੂਰਤ ਪਈ ਸੀ ਇਸ ਐਪ ਦੀ? ਸੋ ਐਕਚੁਅਲੀ 16 ਸਾਲ ਦੀ ਸੀਗੀ ਉਦੋਂ, ਹਾਈ ਸਕੂਲ 'ਚ ਸੀ, ਇੱਕ ਸੋਸ਼ਲ ਜਸਟਿਸ ਕਲਾਸ ਸੀਗੀ। ਉਹਦੇ ਵਿੱਚ ਟੀਚਰ ਨੇ ਸਟੂਡੈਂਟਸ ਨੂੰ ਕਿਹਾ ਸੀ ਕੋਈ ਇੱਦਾਂ ਦੀ ਆਈਡੀਆ ਜਾਂ ਪ੍ਰੋਜੈਕਟ ਕਰੋ ਜਿਹਦੇ ਨਾਲ ਕੋਈ ਸੋਸ਼ਲ ਇਸ਼ੂ ਐਡਰੈਸ ਹੋਵੇ ਅਤੇ ਉਹਦੀ ਸੋਲੂਸ਼ਨ ਲੱਭੋ। ਰਾਈਟ। ਸੋ ਉਹਨੇ ਦੇਖਿਆ ਕਿ ਸਾਡੀ ਵਰਲਡ ਵਾਈਡ ਪ੍ਰੋਬਲਮ ਹੈਗੀ ਵਿਦ ਵਾਇਲੈਂਸ ਅਗੇਂਸਟ ਵੂਮੈਨ, ਅਤੇ ਸੇਫਟੀ ਦੀ ਇਸ਼ੂ ਹੈਗੀ ਆ ਫੋਰ ਵੂਮੈਨ। ਜਦੋਂ ਵੀ ਤੁਸੀਂ ਬਾਹਰ ਜਾਂਦੇ ਹੈਗੇ ਐਜ਼ ਅ ਯੰਗ ਵੂਮੈਨ, ਓਲਡਰ ਵੂਮੈਨ, ਡਜ਼ਨਟ ਮੈਟਰ ਦ ਏਜ, ਕਿ ਯੂ ਆਰ ਆਲਵੇਜ਼ ਵਰਡ ਕਿ ਆਹ ਥਾਂ ਸੇਫ ਹੈਗਾ ਇਕੱਲੀ ਜਾਣ ਲਈ ਕਿ ਨਹੀਂ। ਰਾਈਟ। ਸੋ ਉਹਨੇ ਇਹ ਆਈਡੀਆ ਸੋਚਿਆ ਸੀ ਕਿ ਕੋਈ ਐਪ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ ਉਹ ਰਿਵਿਊ ਕਰ ਸਕਦੇ ਕਿ ਜਿਹੜੀ ਜਗ੍ਹਾ ਹੈਗੀ ਇਹ ਸੇਫ ਹੈਗੀ ਆ ਜਾਣ ਲਈ ਕਿ ਨਹੀਂ। ਉਹਨੇ ਇਹ ਦੇਖਿਆ ਸੀ ਕਿ ਐਪਸ ਹੈਗੇ ਸੀ, ਪਰ ਜਿਹੜੇ ਐਪ ਬਣੇ ਹੋਏ ਸੀ ਉਸ ਪੁਆਇੰਟ ਤੱਕ ਅਤੇ ਹੁਣ ਤੱਕ, ਉਹ ਮੋਸਟਲੀ ਜਿੱਦਾਂ ਕਹਿ ਲਓ ਰੀਐਕਟਿਵ ਐਪਸ ਹੈਗੇ ਆ, ਕਿ ਜਦੋਂ ਵੂਮਨ ਡੇਂਜਰ 'ਚ ਹੈਗੀ ਆ ਉਹ ਜਾਂ ਸਿਗਨਲ ਭੇਜ ਸਕਦੀ ਆ ਟੂ ਫੈਮਿਲੀ ਮੈਂਬਰਸ, ਜਾਂ ਕੋਈ GPS ਕੋਆਰਡੀਨੇਟਸ ਉਹਦੇ ਲੱਭ ਜਾਂਦੇ ਆ, ਬਟ ਅਨਫੋਰਚੁਨੇਟਲੀ ਐਟ ਦੈਟ ਪੁਆਇੰਟ ਦ ਵੂਮਨਸ ਇਨ ਡੇਂਜਰ। ਸੋ ਇਹਨੇ ਜੋ ਸੋਚਿਆ ਹੈਗਾ ਇਟਸ ਸਮ ਸੋ ਪ੍ਰੋਐਕਟਿਵ, ਮਤਲਬ ਕਿ ਐਜ਼ ਵੂਮਨ ਕਿ ਅਸੀਂ ਰਿਵਿਊਜ਼ ਲਿਖ ਸਕਦੇ ਹਾਂ ਐਜ਼ ਵੀ ਐਕਸਪੀਰੀਅੰਸ ਦ ਪਲੇਸਿਸ ਵੀ ਗੋ ਟੂ, ਅਤੇ ਇੱਕ ਦੂਜੇ ਦੇ ਰਿਵਿਊਜ਼ ਪੜ੍ਹਨ ਨਾਲ ਅਸੀਂ ਡਿਸਾਈਡ ਕਰ ਸਕਦੇ ਕਿ ਅਸੀਂ ਇਸ ਥਾਂ 'ਤੇ ਜਾਣਾ ਹੈ ਜਾਂ ਨਹੀਂ ਜਾਣਾ। ਸੋ ਇਹ ਤਾਂ ਇੱਕ ਛੋਟਾ ਐਕਸਪੈਰੀਮੈਂਟ ਸੀ ਸਕੂਲ ਦੇ ਵਿੱਚ, ਬਟ ਐਪ ਦੇ ਵਿੱਚ ਜਿਹੜਾ ਕਨਵਰਟ ਕੀਤਾ ਉਹਦੇ 'ਚ ਆਫਕੋਰਸ ਪੇਰੈਂਟਸ ਨਾਲ ਡਿਸਕਸ਼ਨ ਅਤੇ ਹੋਰ ਕਾਫੀ ਕੁਝ, ਟੇਕਸ ਲੋਟ ਆਫ ਇਨਵੋਲਵਮੈਂਟ ਬੇਸਿਕਲੀ। ਸੋ ਇਹ ਕਿੰਨੀ ਦੇਰ ਹੋ ਗਈ ਇਹਨੂੰ ਚੱਲਦੇ ਹੋਏ? ਐਂਡ ਅਗੇਨ ਇਹ ਐਪ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਆਪਣੇ ਰਿਵਿਊਜ਼ ਦੇ ਸਕਦੇ ਹੋ, ਵਾਟ ਹੈਜ਼ ਬੀਨ ਦ ਰਿਸਪੋਂਸ ਸੋ ਫਾਰ? ਓਕੇ। ਸੋ ਇਹ ਹਾਈ ਸਕੂਲ 'ਚ ਆਈਡੀਆ ਚਾਲੂ ਹੋਇਆ ਸੀਗਾ, ਉਸ ਤੋਂ ਬਾਅਦ ਫਿਰ ਪ੍ਰਿਆ ਇੰਗਲੈਂਡ ਚੱਲ ਗਈ ਸੀ, ਸ਼ੀ ਸਟਾਰਟਡ ਯੂਨੀਵਰਸਿਟੀ ਦੇ ਨਾਲ ਦੀ ਨਾਲ ਇਹਨੇ ਫਿਰ ਇਹ ਐਪ ਦੀ ਪ੍ਰੋਗਰੈਸ ਕੀਤੀ, ਵਿਚ ਮੈਂਟ ਡਿਵੈਲਪਰਸ ਨੂੰ ਹਾਇਰ ਕਰਨਾ ਹੈਗਾ। ਸੋ ਉਹ ਪ੍ਰੋਸੈਸ ਕਾਫੀ ਸਾਲ ਲੱਗ ਗਏ ਸੀ ਟੂ ਡਿਵੈਲਪ ਦ ਐਕਚੁਅਲ ਪ੍ਰੋਟੋਟਾਈਪ। ਸੋ ਉਹਨੇ ਆਪ ਕੀਤੇ ਹੈਗੇ, ਦ ਪੇਰੈਂਟਸ ਵੀ ਵਰ ਨੋਟ ਇਨਵੋਲਵ ਇਨ ਦੈਟ, ਆਪ ਉਹਨੇ ਡਿਸਕਸ਼ਨ ਕੀਤੀ ਸੀਗੀ ਵਿਦ ਦ ਡਿਵੈਲਪਰਸ, ਐਂਡ ਫਿਰ ਇਹ I would say almost 3-4 years lagge to get to this stage jithe one launch kita si. So November 30th last year 2018 it launched. Okay. In Canada, right. In England, Ireland and in India. Okay. So in India also. In India as well. Okay. Yeah, oh, the developers are actually India chua. Right. So you would understand ke kafi jare sare computer literate hage ya. Mostly India to hage ya. Okay. So app unne design kita India wale. ਸੋ ਹੁਣ ਕਮਲਜੀਤ ਜੀ, ਇਟਸ ਸੈਟ ਕੈਟਲਿਸਟ ਫੋਰ ਚੇਂਜ, ਅਤੇ ਇਹ ਨਵੰਬਰ ਦੇ ਵਿੱਚ ਲਾਂਚ ਹੋਈ, ਸੋ ਇਹਦੇ ਵਿੱਚ ਕਿਹੋ ਜਿਹੇ ਰਿਵਿਊਜ਼ ਆ ਰਹੇ ਨੇ, ਲਾਈਕ ਵਾਟ ਇਜ਼ ਬੀਨ ਦ ਰਿਸਪੋਂਸ ਸੋ ਫਾਰ? So far it's building momentum, hana ke I think there's about 400 followers right now, right. So it's only been a few months, so nami cheez hagi ya, right. So as Philip Priya encourage karde hage ke sare bhi jede bhi ladies hage young from young girls from 13 upwards, right. Download karlan free haga, okay. Koi charge nahi haga on your apps, I guess app right. store on your phone, right. So download karke use karo, actually start rating the places that you go to, right. And again, universities can be rated. Because it's well known that university campus, there's a lot of sexual assaults and rapes, unfortunately, take place right. on university campuses. So it's basically a kind of a warning to others. Jede bhi koi, kisi ne kadhi koi face kita, kithe bhi jaake koi issue, unnu pehla hi un 10 din taake agle log jade ne, suchet ho jaan. Exactly. So know before you go. Okay. Right. Okay. So that's sort of her motto, ke jaan to pehla, tusi check kar lo ke reviews ki hai gaya. So as many reviews there were just, she's just starting to get them built up, right, because it's a really a literally a brand new app, right. Yeah. And jis tarah tusi kiya ke ਹੋਰ ਐਪਸ ਤਾਂ ਹੈਗੀਆਂ ਨੇ, ਪਰ ਪ੍ਰੀ ਵਾਰਨਿੰਗ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਜਿਹੀਆਂ ਕੋਈ ਨਹੀਂ ਹੈਗੀਆਂ, ਜਿਸ ਜਿੱਥੇ ਤੱਕ ਮੈਨੂੰ ਪਤਾ ਇਜ਼ਨਟ, ਜਦੋਂ ਇਹਨੇ ਰਿਸਰਚ ਕੀਤੀ ਸੀ ਪ੍ਰਿਆ ਨੇ ਉਸ ਵੇਲੇ, ਵਟ ਸ਼ੀ ਫਾਊਂਡ ਵਾਜ਼ ਦੇ ਵਰ ਮੋਰ ਰੀਐਕਟਿਵ, ਰੀਐਕਟਿੰਗ ਟੂ ਦ ਸਰਕਮਸਟੈਂਸ ਆਫ ਵੂਮਨਸ ਇਨ। ਸੋ ਵੈਬਸਾਈਟ ਜਿੱਥੇ ਸਾਰੀ ਇਨਫੋਰਮੇਸ਼ਨ ਹੈਗੀ ਹੈ, ਕੀ ਇਹਦੇ ਵਾਸਤੇ ਕੋਈ ਲੌਂਗ ਪ੍ਰੋਸੈਸ ਹੈ ਜਾਂ ਸਿਰਫ ਡਾਊਨਲੋਡ ਕਰਕੇ ਤੁਸੀਂ ਯੂ ਕੈਨ ਸਟਾਰਟ ਪੁਟਿੰਗ ਆਨ? ਵੈਰੀ ਈਜ਼ੀ, ਇਵਨ ਆਈ ਹੂ ਆਮ ਨੋਟ ਕੰਪਿਊਟਰ ਟੈਕੀ ਵਾਜ਼ ਏਬਲ ਟੂ ਡਾਊਨਲੋਡ ਫੋਨ ਤੋਂ, ਤੁਸੀਂ ਬਸ ਗੋ ਟੂ ਦ ਐਪ ਸਟੋਰ,
Right, and Miss download Map, that. And it just downloads apna naam te basic information deniya. Then you can start using it, and it's based, my understanding is on Google Maps. Okay. So you can, what will come up is a few icons of common establishments, coffee shops, restaurants, bars, jo vi hage. Right. Main place jithe log jande hage. Okay. But if you don't find, if you tap on that and you don't find it, you can go in the search and put the exact place jithe tusi jare hage, ja jana hage, te ja odi review dekhni hai, ja deni hage. Okay. And ਇਹਦੇ ਵਿੱਚ ਇੱਕ ਹੋਰ ਗੱਲ ਆ ਗਈ ਐਜ਼ ਅ ਲਾਇਰ ਆਲਸੋ ਕਿ ਤੁਸੀਂ ਜਿਸ ਤਰ੍ਹਾਂ ਦੇਖਦੇ ਆ ਈਵਨ ਡਿਵੈਲਪਡ ਕੰਟਰੀਜ਼ ਲਾਈਕ ਕੈਨੇਡਾ ਵਿਮਨ ਆਰ ਨਾਟ ਸੇਫ ਜਿਹੜੇ ਸਟੈਟਿਸਟਿਕਸ ਹੈਗੇ ਨੇ ਦੇ ਆਰ ਵੈਰੀ ਅਲਾਰਮਿੰਗ ਸੋ ਇਹਦੇ ਨਾਲ ਤੁਸੀਂ ਇਹ ਸਮਝਦੇ ਹੋ ਕਿ ਇਹ ਐਪ ਦੇ ਇਸਤੇਮਾਲ ਕਰਨ ਨਾਲ ਹੋਰ ਜਿਹੜੇ ਕੋਈ ਲੋਕ ਨੇ ਉਹਦਾ ਬੈਨੀਫਿਟ ਲੈ ਸਕਣਗੇ ਅਤੇ ਆਪ ਵੀ ਇੱਕ ਤਰ੍ਹਾਂ ਦੀ ਸਾਨੂੰ ਰੀਸਰਚ ਹੋ ਜਾਏਗੀ ਸਾਡੇ ਕੋਲ ਕਿ ਬਈ ਦੀਸ ਪਲੇਸਿਸ ਆਰ ਸੇਫਰ ਟੂ ਗੋ ਐਂਡ ਦੀਸ ਆਰ ਨਾਟ ਆਈ ਥਿੰਕ ਸੋ ਉਮੀਦ ਇਹ ਹੈਗੀ ਕਿ ਕੁਛ ਨਾ ਕੁਛ ਕੈਟਲਿਸਟ ਬਣੂਗਾ ਕਿ ਇੱਕ ਤਾਂ women's leave voices hoga right thaan hogi jithe oh apni voice express kar sakte ka ke thonu pata aaj kal paame court de vich case jande ha gaya unfortunately credibility challenge ho jande te many women are therefore reluctant to come forward with complaints of sexual assault or harassment so aha jehdi app hage anonymously tusi vi review de sakde ha gaya jagah di the main point eh haga ke priya di ummeed si ke jehdi vi establishment di review maybe it's not that good right. they will reflect and look upon their what they're doing to make their place safe bilkul ji and especially at such a young age eho je ek project nu launch karna te fir usnu app de vich convert karna it takes a lot of effort energy and time so congratulations to you and to priya for taking this initiative and we are hopeful ke ide naal bahut sare jehde log ne ladies khas taur te ida benefit len giyan akhir vich koi website ya ਹੋਰ ਕੋਈ ਇਨਫੋਰਮੇਸ਼ਨ ਲੈਣ ਲਈ ਕੋਈ ਇੰਸਟਾਗ੍ਰਾਮ ਜਾਂ ਟਵਿੱਟਰ ਤੇ ਜਿਹੜੀ ਇਨਫੋਰਮੇਸ਼ਨ ਹੈ ਸੋ ਇਹ ਸਾਰਾ ਕੁਝ ਤੇ ਆਹ ਜਿਹੜਾ ਕਾਰਡ ਹੈਗਾ ਆਈ ਡੋਨਟ ਨੋ ਇਫ ਵੀ ਕੈਨ ਜੀ ਸ਼ੋਰ ਯੂ ਕੈਨ ਜਸਟ ਟੈਲ ਅਬਾਊਟ ਦਿਸ ਯਾ ਇਹਦੇ ਉੱਤੇ ਲਿਖਿਆ ਹੈਗਾ www.missmap.app ਓਕੇ ਐਂਡ ਦ ਟਵਿੱਟਰ ਹੈਂਡਲ ਇਜ਼ @missmapapp ਓਕੇ ਐਂਡ ਇਨਸਟਾਗ੍ਰਾਮ @missmapapp Wonderful. And thank you as well for reaching out to speak about it further. We met at the 1 billion Absolutely. And rising. Te utte thonu pata hega ke 1 in 3 women worldwide will be attacked or raped in her lifetime. So right. this is a World Health Organization says this is a global health crisis. That's right. And so whatever we can do to Absolutely to create change. Awareness in the communities that is a must and jadi tusi eh initiative le us to ik var fir rakhi tuhanu sare smooth sade staff lo mubarakbad dene. Thank you for being here. Yeah, thank you very much for having me.